ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪਕੌੜਿਆਂ ਤੋਂ ਨਾਰਾਜ਼ ਹੋ ਗਏ ਅਕਾਲੀ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ। ਪਕੌੜਿਆਂ ਦੇ ਉੱਤੇ ਟੁੱਟ ਪਏ ਅਕਾਲੀ। ਦਰਅਸਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਿਰੋਜ਼ਪੁਰ 'ਚ ਸੁਖਬੀਰ ਬਾਦਲ ਦਾ ਪ੍ਰਚਾਰ ਕਰਨ ਆਏ ਸਨ। ਇਸ ਦੌਰਾਨ ਜਦੋਂ ਬਾਦਲ ਸਾਹਿਬ ਬੋਲ ਰਹੇ ਸੀ ਅਤੇ ਬਾਹਰ ਕਿਤੇ ਰੈਲੀ 'ਚ ਪਕੌੜੇ ਆ ਗਏ ਅਤੇ ਪਕੌੜਿਆਂ ਦੀ ਸੰਖਿਆ ਘੱਟ ਸੀ, ਜਿਸ ਨੂੰ ਲੈ ਕੇ ਲੋਕ ਪਕੌੜਿਆਂ 'ਤੇ ਟੁੱਟ ਪਏ। ਇਹੀ ਨਹੀਂ, ਜਿਨ੍ਹਾਂ ਨੂੰ ਪਕੌੜੇ ਨਹੀਂ ਮਿਲੇ ਉਹ ਤਾਂ ਬਹੁਤ ਜ਼ਿਆਦਾ ਰੁੱਸ ਗਏ, ਇੰਨੇ ਰੁੱਸ ਗਏ ਕਿ ਉਹਨਾਂ ਨੇ ਪਾਰਟੀ ਹੀ ਛੱਡ ਦਿੱਤੀ। ਜੇਕਰ ਤੁਹਾਨੂੰ ਸਾਡੀਆਂ ਗੱਲਾਂ 'ਤੇ ਯਕੀਨ ਨਹੀਂ ਹੈ ਤਾਂ ਅਗਲੀ ਵੀਡੀਓ ਤੁਸੀਂ ਦੇਖ ਲਓ, ਉਸ ਤੋਂ ਬਾਅਦ 'ਚੋਂ ਦੇਖੋ ਕਿ ਪਕੌੜਿਆਂ ਦੇ ਦੌਰਾਨ ਆਖਿਰਕਾਰ ਹੋਇਆ ਕੀ ਸੀ। ਹਾਂਜੀ, ਤੁਹਾਡਾ ਨਾਮ ਕੀ ਹੈ? ਠੀਕ ਹੈ, ਪਹਿਲਾਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ? ਬਾਦਲ ਸਰਕਾਰ ਨਾਲ। ਅੱਛਾ, ਕੱਲ ਗਏ ਤੋ ਤੇ ਕੀ ਵੇਖਿਆ ਤੁਸੀਂ? ਹਸਤਾ ਕਲਾ ਬਾਦਲ ਸਾਹਿਬ ਆਏ ਸੀ ਤਾਂ ਉੱਥੇ ਪ੍ਰੋਗਰਾਮ ਥੋੜਾ ਘਣਾ ਹੈਗਾ ਸੀ ਤੇ ਬੁੱਢਿਆ ਬੰਦੇ ਹਸਤੇ ਕਲਾਂ ਦੇ ਸਾਰੇ ਆਏ ਸੀ। ਕੋਈ ਨਵੇਂ ਹਸਤੇ ਦੇ ਆਏ ਸੀ, ਨੂਰ ਸ਼ਾਹ ਦੇ, ਨੌਲਾਂ ਦੇ, ਰਾਣੇ ਦੇ, ਤੇ ਉੱਥੇ ਪਕੌੜਿਆਂ ਦਾ ਇਹ ਜਿਹਾ ਬਣਿਆ ਬਹਾਨਾ। ਕੋਈ ਤਾਂ ਵੱਡੇ ਵੱਡੇ ਜਿਹੜੇ ਲੀਡਰ ਹੈਗੇ ਸੀ ਉਹ ਖਾ ਗਏ ਤੇ ਰਹਿੰਦੇ ਪਿੰਡ ਵਾਲਿਆਂ ਨੂੰ ਕਿਸੇ ਨੂੰ ਇੱਕ ਆਇਆ ਤੇ ਕਈ ਘਣੇ ਰਹਿ ਗਏ। ਚੱਲ, ਇਹ ਜੰਗੀਰ ਸਿੰਘ ਸਾਰੇ ਪਿੰਡ 'ਚ ਵਜਿਆ, ਨਾਲ ਨਵੇਂ ਰਸਤੇ 'ਚ ਗਲਸ਼ੇਰ ਸਿੰਘ। ਇਹਨਾਂ ਪਿੰਡਾਂ 'ਚ ਆਖਾ ਬਹੁਤ ਅਸੀਂ ਕੁਝ ਕਰਦੇ ਪਏ, ਪਕੌੜੇ ਤੇ ਬੜਾ ਕੁਝ ਦਾਲ ਫੁਲਕਾ ਬਣਾਉਂਦੇ ਪਏ, ਗੁਲਾਬ ਜਾਮਨ ਚਲਾਣੇ ਨੇ, ਸੰਗਤ ਨੂੰ ਠੱਗ ਤੇ ਲੈ ਗਏ। ਉੱਥੇ ਅਸੀਂ ਜਿਸਲੇ ਗਏ ਨਾ, ਸਾਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਤੇ ਅਸੀਂ ਤਾਂ ਉੱਥੇ ਨਾਰਾਜ਼ ਹੋ ਤੇ ਅਸੀਂ ਨਾਰਾ ਸ਼ੇਰ ਸਿੰਘ ਦਾ ਲਾ ਦਿੱਤਾ ਤੇ ਉੱਥੇ ਲੈਣਾ ਲੈਣਾ ਹੋ ਗਈ। ਸ਼ੇਰ ਸਿੰਘ ਨਾਰਾ ਗਦੀ ਦਾ ਠੁੱਕੇ ਤੇ ਸਾਰੇ ਜਿਹੜੇ ਹੈਗੇ ਸੀ ਉਹ ਸਰਪੰਚ ਉਹ ਵੀ ਨਾਰਾਜ਼ ਹੋ ਤੇ ਆਪੋ ਦੇ ਘਰਾਂ ਨੂੰ ਵੜ ਗਏ। ਉਹ ਵੇਂਦੇ ਰਹਿ ਗਏ ਵੀ ਇਹ ਹੋਇਆ ਕੀ, ਲਿਆਂਦਾ ਬਾਦਲ ਨੂੰ ਤੇ ਉਹਟਾ ਸ਼ੇਰ ਸਿੰਘ ਦੀ ਆ ਗਈਆਂ। ਹੁਣ ਕਿਹੜੀ ਪਾਰਟੀ ਸ਼ਾਮਲ ਹੋ ਗਏ? ਹੁਣ ਅਸੀਂ ਸ਼ੇਰ ਸਿੰਘ ਦੇ ਨਾਲ ਹੈਗੇ ਆ, ਕਾਂਗਰਸ ਪਾਰਟੀ।